ਗੁਰਮੁਖ ਵੀਰ ਉਰ ਖਾਲਸਾ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਜੋ ਕਿ ਸਮਾਜ ਨਾਲ ਬਣੀ ਹੋਈ ਬਹੀਰਾਂ ਵਿੱਚ ਇੱਕ ਦੀ ਸ਼ਾਲੀ ਧੀਰਜ ਸੋਕ ਸ਼ਾਂਤੀ ਦਾ ਮੈਸੇਜ ਸਾਂਝਾ ਕਰਨ ਲਈ ਤੁਹਾਡੇ ਵਿੱਚ ਸ਼ਾਮਲ ਹੋਇਆ ਹਾਂ ਭਾਈ ਗੁਰਦਾਸ ਜੀ ਨੇ ਵੀ ਇੱਕ ਗੱਲ ਆਖੀ ਕਹਿਣ ਲੱਗੇ ਸਤਿਗੁਰੂ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਨਿਵਾਰੇ ਸਤਿਗੁਰੂ ਨੇ ਬਾਣੀ ਵਿੱਚ ਵੀ ਇੱਕ ਗੱਲ ਫਰਮਾਈ ਕਹਿਣ ਲੱਗੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਉ ਖੁਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਵੈਦ ਡਾਕਟਰ ਹਕੀਮ ਮਨੁੱਖੀ ਜੀਵਨ ਦੀ ਸਾਥ ਨਾਲ ਰੱਖਣ ਵਾਲੇ ਸਬੰਧ ਰੱਖਣ ਵਾਲੇ ਬੜੇ ਜ਼ਰੂਰਤ ਦੇ ਨਾਮ ਹਨ ਜਿਨ੍ਹਾਂ ਨਾਲ ਸੰਬੰਧ ਮਨੁੱਖ ਆਏ ਦਿਨ ਕਿਸੇ ਨਿਤਸਰੂਪ ਵਿੱਚ ਬਣਾਈ ਰੱਖਦਾ ਹੈ ਉਹਦੀ ਆਪਣੀ ਲੋੜ ਨਾਲ ਸੰਬੰਧ ਰੱਖਦੇ ਹਨ ਇਸ ਲਈ ਮੈਂ ਸਮਝਣਾ ਸਤਗੁਰੂ ਨੇ ਜੋ ਬਾਣੀ ਅੰਦਰ ਵੈਦ ਸ਼ਬਦ ਗੁਰੂ ਲਈ ਵਰਤੇ ਹੈ ਉਸ ਪ੍ਰਤੀ ਅਸੀਂ ਸਮਝੀਏ ਸੰਸਾਰ ਅੰਦਰ ਡਾਕਟਰ ਨੇ ਵੈਦ ਹਨ ਹਕੀਮ ਹਨ ਫਿਰ ਉਹਨਾਂ ਕੋਲ ਜਾਣਕਾਰੀ ਮੈਡੀਕਲੀ ਗਿਆਨ ਇਲਾਜ ਦੇ ਸਾਧਨ ਵੀ ਹਨ ਪਰ ਸਭ ਤੋਂ ਜ਼ਰੂਰੀ ਗੱਲਾਂ ਜਿਹੜੀਆਂ ਸਮਝਣ ਵਾਲੀਆਂ ਨੇ ਆਪਣੀ ਜਗ੍ਹਾ ਤੇ ਮੁਬਾਰਕ ਹਨ ਅੱਜ ਸਾਡੀ ਲੋੜ ਹੈ ਐਸੀ ਉਹਨਾਂ ਦੀਆਂ ਇਛਾਵਾਂ ਤੇ ਉਹਨਾਂ ਦੇ ਵਿਚਾਰਾਂ ਦੀ ਪੂਰਤੀ ਲਈ ਹਰ ਕਦਮ ਤਤ ਪਰ ਰਹਿਣਾ ਇਹਦੇ ਵਿੱਚ ਕੋਈ ਦੂਰਿਆ ਨਹੀਂ ਪਰ ਉਹਦੇ ਨਾਲ-ਨਾਲ ਹੀ ਅਸੀਂ ਇਹਦੋਂ ਵੀ ਮਹਾਨ ਸ਼ਕਤੀ ਰੂਪ ਗੁਰੂ ਨਾਲ ਸਾਂਝ ਬਣਾਈ ਰੱਖਣੀ ਗੁਰੂ ਇੱਕ ਵੈਦ ਹੈ ਤੇ ਮਹਾਨ ਵੈਦ ਹੈ ਜਿੰਦੀ ਇੱਕ ਵਿਸ਼ੇਸ਼ਤਾ ਹੈ ਸੰਸਾਰ ਅੰਦਰ ਜਿੰਨੇ ਵੈਦ ਡਾਕਟਰ ਹਕੀਮ ਨੇ ਉਹ ਕਈ ਵਾਰ ਐਸਾ ਸਮਾਂ ਹੁੰਦਾ ਹੈ ਉਹ ਆਪ ਵੀ ਰੋਗੀ ਹੋ ਜਾਂਦੇ ਨੇ ਤੇ ਰੋਗੀ ਹੁੰਦੇ ਨੇ ਬਦਕਿਸਮਤੀ ਐਸਾ ਡਾਕਟਰ ਜਿਹੜਾ ਆਪ ਰੋਗੀ ਹੈ ਉਹ ਦੂਸਰੇ ਦਾ ਇਲਾਜ ਕਰ ਰਿਹਾ ਹੈ ਤਾਂ ਸੋਚਣ ਵਾਲੀ ਗੱਲ ਹੈ ਉ ਗੁਰੂ ਨੇ ਗੁਰੂ ਵੈਦ ਲਈ ਹੀ ਹੀ ਆਪਣੀ ਰਸਨਾ ਤੋਂ ਇੱਕ ਸ਼ਰਤ ਰੱਖ ਦਿੱਤੀ ਕਹਿੰਦੇ ਨੇ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਉਹਦੇ ਕੋਲ ਰੋਗ ਨੂੰ ਪਛਾਨਣ ਦਾ ਖਿਆਲ ਸ਼ਕਤੀ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜੇ ਰੋਗ ਪਛਾਣੇਗਾ ਤਾਂ ਚੰਗੀ ਤੋਂ ਚੰਗੀ ਦਵਾਈ ਨਿਸ਼ਚਿਤ ਕਰੇਗਾ ਸਤਿਗੁਰੂ ਕਹਿੰਦੇ ਨੇ ਐਸਾ दारू ਲੋੜ ਲਓ ਜਿਤ ਵੰਨੇ ਰੋਗਾ ਘਾਣ ਪਰ ਇੱਕ ਖਿਆਲ ਰੱਖੇ ਤੂੰ ਆਪ ਰੋਗੀ ਨਾ ਹੋਵੇਂ ਜਿਤ दारू ਰੋਗ ਉਠਿਆ ਤਨ ਸੁਖ ਵਸੇ ਆਏ ਦੇਖ ਐਸਾ دارو ਦੇ ਜਿੰਦੇ ਨਾਲ ਰੋਗ ਖਤਮ ਹੋ ਜਾਏ ਤੇ ਤਨ ਨੂੰ ਸੁਖ ਮਿਲੇ ਇੱਥੇ ਤਨ ਲਫ਼ਜ਼ ਹੈ ਇਹਨਾਂ ਤਰੂ ਤਨ ਦੇ ਰੋਗਾਂ ਦਾ ਮਾਹਿਰ ਵੀ ਗੁਰੂ ਹੈ ਸਤਗੁਰੂ ਕਹਿੰਦੇ ਨੇ ਜਿਤ دارو ਰੋਗ ਉਠਿਆ ਚਲਾ ਜਾਏ ਉੱਠ ਜਾਏ ਤਨ ਸੁਖ ਵਸੈ ਆਏ ਪਰ ਇੱਕ ਖਿਆਲ ਕਰੀ ਰੋਗ ਗਵਾਏ ਆਪਣਾ ਤਨ ਨਾਨਕ ਵੈਦ ਸਦਾਏ ਕਹਿਣ ਲੱਗੇ ਇਹ ਖਿਆਲ ਕਰੀ ਕਿਤੇ ਐਸਾ ਨਾ ਹੋਵੇ ਤੂੰ ਆਪ ਵੀ ਰੋਗੀ ਹੋਵੇਂ ਪਰਮਾਰਥ ਦੀ ਦੁਨੀਆ ਵਿੱਚ ਵੀ ਸੰਸਾਰ ਦੇ ਅੰਦਰ ਮਨ ਦੇ ਰੋਗ ਦਾ ਜਿੱਥੇ ਮਸਲਾ ਆਉਂਦਾ ਹੈ ਉੱਥੇ ਵੀ ਇਹ ਗੱਲ ਲਾਗੂ ਹੁੰਦੀ ਹੈ ਇਹ ਰੋਗ ਗਵਾਏ ਆਪਣਾ ਬਹੁਤ ਸਾਰੇ ਸੰਸਾਰ ਦੀ ਸਤਾ ਤੇ ਬੈਠੇ ਹੋਏ ਮਨ ਦੇ ਰੋਗਾਂ ਨੂੰ ਦੂਰ ਕਰਨ ਲਈ ਮਨ ਦੇ ਰੋਗਾਂ ਦਾ ਇਲਾਜ ਕਰਨ ਵਾਲੇ ਪੇਖਤਾਰੀ ਲੋਕ ਜਿਹੜੇ ਆਪ ਹੀ ਉਹਨਾਂ ਰੋਗਾਂ ਵਿੱਚ ਗਰਸੇ ਹੋਏ ਨੇ ਗੁਰੂ ਉਹਨਾਂ ਨੂੰ ਵੀ ਸੱਦਾ ਦਿੰਦੇ ਨੇ ਭਰੇਓ ਰੋਗ ਗਵਾਇਆ ਆਪਣਾ ਤਾਂ ਨਾਨਕ ਵੈਦ ਸਦਾ ਹੈ ਇੱਕ ਚੀਜ਼ ਡਾਕਟਰ ਵੈਦ ਆਪ ਖੁਦ arogh hove ਤੇ ਦੂਜਾ ਇਹ ਵੀ ਹੋਵੇ ਕਿ ਉਹਨੂੰ ਆਪਣੀ ਮੌਤ ਦਾ ਖਤਰਾ ਵੀ ਨਾ ਹੋਵੇ ਜੇ arogh ਰਹੇਗਾ ਜੇ arogh ਹੋਣ ਦੀ ਸ਼ਕਤੀ ਰੱਖੇਗਾ ਤਾਂ ਫਿਰ ਉਸ ਨੂੰ ਮੌਤ ਦਾ ਖਤਰਾ ਵੀ ਨਹੀਂ ਹੋਏਗਾ ਗੁਰੂ ਕਹਿੰਦੇ ਨੇ ਸਤ ਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਸੀਪੁਰਖ ਹੈ ਸਭ ਮੈਂ ਰਿਹਾ ਸਮਾਏ ਦੇਖ ਸੰਸਾਰ ਅੰਦਰ ਰੋਗ ਕਦੀ ਖਤਮ ਨਹੀਂ ਹੁੰਦੇ ਇਹ ਵਾਇਰਸ ਆਏ ਦਿਨ ਆਉਂਦੇ ਰਹੇ ਨੇ ਤੇ ਹੋ ਸਕਦਾ ਹੈ ਵਾਇ ਗਰੂ ਨਾ ਕਰੇ ਅੱਗੇ ਵੀ ਆਉਂਦੇ ਹੀ ਰਹਿਣਗੇ ਪਰ ਇੱਕ ਵਿਸ਼ਵਾਸ ਕਰੀਂ ਇਹਦੇ ਵਿੱਚ ਜਿਹੜੇ ਡਾਕਟਰ ਅਰੋਗ ਨੇ ਜਿਨ੍ਹਾਂ ਡਾਕਟਰਾਂ ਨੂੰ ਮੌਤ ਦਾ ਖਤਰਾ ਨਹੀਂ ਇਹਨੇ ਬਲਵਾਨ ਆਤਮਾ ਨੇ ਉਹਨਾਂ ਡਾਕਟਰਾਂ ਦੀ ਵੈਦਾਂ ਦੀ ਚੋਣ ਕਰ ਸਤਿਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਹੋ ਮੈ ਰੋਗ ਮਨੁਖ ਕਉਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਜੋ ਜੋ ਦਿਸੈ ਸੋ ਸੋ ਰੋਗੀ ਕਈਆਂ ਨੂੰ ਤਣ ਦੇ ਰੋਗ ਨੇ ਕਈਆਂ ਨੂੰ ਮਨ ਦੇ ਰੋਗ ਨੇ ਹਰ ਜੀਵ ਜੰਤ ਪੰਛੀ ਪੰਦੇ ਜਾਨਵਰ ਸਭ ਲਈ ਕੋਈ ਨਾ ਕੋਈ ਵਾਇਰਸ ਸੰਸਾਰ ਅੰਦਰ ਵਿਚਰ ਰਿਹਾ ਇੱਕੋ ਇੱਕ ਡਾਕਟਰ ਵੈਦ ਐਸਾ ਢੂੰਡ ਜਿੰਦੇ ਕੋਲ ਜਿੰਨੂੰ ਆਪਣੇ ਜੀਵਨ ਵਿੱਚ ਕਿਸੇ ਰੋਗ ਦਾ ਖਤਰਾ ਨਾ ਹੋਵੇ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਦ੍ਰਿਸ਼ ਰੋਗ ਪਚਮੂਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਪਰ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਇਸ ਲਈ ਸਤਗੁਰੂ ਦੀ ਇੱਕ ਮਹਾਨਤਾ ਸਮਝ ਲੈ ਉਹਦੇ ਕੋਲੋਂ ਟੁੱਟੀ ਨਾ ਸੰਸਾਰ ਦੇ ਡਾਕਟਰ ਵੈਦ ਨਾਲ ਵੀ ਸੰਬੰਧ ਜੋੜ ਕੇ ਰੱਖ ਉਹਨਾਂ ਦੇ ਤਜਰਬੇ ਉਨਾ ਦੇ ਦਸੀ ਹੋਈ ਪ੍ਰੈਸਕ੍ਰਿਪਸ਼ਨ ਨਾਲ ਜੁੜਤੇ ਰਹੇ ਐਸੀ ਗੱਲ ਨਹੀਂ ਉਹ ਵੀ ਸਾਨੂੰ ਤਨ ਕਰਕੇ ਬਹੁਤ ਜ਼ਰੂਰੀ ਹੈ ਪਰ ਇੱਕ خیال ਕਰ ਗੁਰੂ ਤਨ ਤੇ ਮਨ ਦੋਹਾਂ ਦੇ ਰੋਗ ਕੱਟਦਾ ਹੈ ਕਈ ਵਾਰ ਅਸੀਂ ਕਹਿ ਦਿੰਨੇ ਆ ਗੁਰੂ ਜਿਹੜਾ ਹੈ ਉਹਦੀ ਬਾਣੀ ਜਿਹੜੀ ਹੈ ਉਹ ਸਿਰਫ ਮਨ ਦੇ ਰੋਗਾਂ ਵਾਸਤੇ ਨਹੀਂ ਉਹ ਤਨ ਦੇ ਰੋਗ ਵੀ ਕੱਟਦਾ ਦੇਖੋ ਇੱਕ ਲਾਈਨ ਅੰਦਰ ਗੁਰੂ ਨੇ ਦੋਨੋਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ ਕਹਿਣ ਲੱਗੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਐਸੀ ਪ੍ਰੈਸਕ੍ਰਿਪਸ਼ਨ ਹੈ ਦੇਖ ਇਸ਼ਨਾਨ ਸਫਾਈ ਜਿਹੜੀ ਅੱਜ ਡਾਕਟਰ ਵੀ ਕਹਿੰਦੇ ਨੇ ਹਰ ਬਾਰ ਬਾਰ ਹੱਥ ਧੋ ਬਾਰ ਬਾਰ ਹੱਥ ਧੋ ਤੇ ਗੁਰੂ ਕਹਿੰਦੇ ਨੇ ਕਰ ਇਸ਼ਨਾਨ ਬਾਰ ਬਾਰ ਇਸ਼ਨਾਨ ਨੂੰ ਦਾ ਜ਼ਿਕਰ ਕਿਉਂ ਕੀਤਾ ਭਾਈ ਗੁਰਦਾਸ ਜੀ ਨੇ ਵੀ ਇਸੇ ਦੀ ਕਰ ਦਿੱਤਾ ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸ਼ਰਨ ਆਵੰਦੇ ਕੇਸਾਂ ਸਮੇਤ ਇਸ਼ਨਾਨ ਦਾ ਜ਼ਿਕਰ ਕਿਉਂ ਕਿਉਂਕਿ ਸਫਾਈ ਤੋਂ ਅਸੀਂ ਇਸ ਨੂੰ ਪਰਮਾਰਥ ਤੋਂ ਬਾਹਰ ਕੱਢ ਕੇ ਇੱਥੇ ਵੀ ਦੇਖੀਏ ਕਿ ਸਫਾਈ ਦਾ ਮਸਲਾ ਹੈ ਗੁਰੂ ਨੇ ਵੀ ਕਹਿ ਦਿੱਤਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਜੇ ਤੂੰ ਇਸ਼ਨਾਨ ਤੇ ਸਿਮਰਨ ਦੋਨਾਂ ਚੀਜ਼ਾਂ ਦਾ ਖਿਆਲ ਰੱਖੇਗਾ ਸਫਾਈ ਤੇ ਸਿਮਰਨ ਦੋਨਾਂ ਚੀਜ਼ਾਂ ਦਾ ਖਿਆਲ ਰੱਖੇਗਾ ਤਾਂ ਫਿਰ ਯਕੀਨ ਕਰ ਸਫਾਈ ਤਨ ਦੇ ਰੋਗਾਂ ਲਈ ਨਵੀਰਤੀ ਲਈ ਬਹੁਤ ਜ਼ਰੂਰੀ ਤੇ ਦੂਜੇ ਪਾਸੇ ਸਿਮਰ ਪ੍ਰਭ ਆਪਣਾ ਪ੍ਰਭੂ ਨਾਲ ਜੁੜਿਆ ਰਹਿਣਾ ਨਿਰੰਕਾਰ ਦੇ ਗੁਣਾ ਰੂਪੀ ਨਾਮ ਨਾਲ ਆਪਣੇ ਜੀਵਨ ਦਾ ਇਲਾਜ ਕਰਨਾ ਗੁਰੂ ਕਹਿੰਦੇ ਉਹਨਾਂ ਦੇ ਨਾਲ ਮਨ ਅਰੋਗ ਹੋਵੇਗਾ ਜੀਵਨ ਦੇ ਦੋਨੋਂ ਪਹਿਲੂ ਤਨ ਤੇ ਮਨ ਦੀ ਅਰੋਗਤਾ ਦਾ ਜਾਮਨ ਗੁਰੂ ਬਣੇਗਾ ਇਸ ਲਈ ਗੁਰੂ ਵੀ ਉਹ ਜਿੰਦੇ ਕੋਲ ਦੋਨੋਂ ਤਰ੍ਹਾਂ ਦੇ ਅਪਰੋਗ ਆਪਣੇ ਨਾਲ ਸੰਬੰਧਿਤ ਨਾ ਹੋਣ ਉਹ ਨਾ ਤਨ ਦਾ ਰੋਗੀ ਹੋਵੇ ਨਾ ਉਹ ਮਨ ਦਾ ਰੋਗੀ ਹੋਵੇ ਤਨ ਦਾ ਰੋਗੀ ਇਸ ਲਈ ਨਹੀਂ ਕਿਉਂਕਿ ਸਾਡਾ ਗੁਰੂ ਤਨ ਨਹੀਂ ਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਸਾਡੇ ਗੁਰੂ ਦੇ ਸੰਬੰਧ ਵਿੱਚ ਸਾਨੂੰ ਇਹ ਫੈਸਲਾ ਯਾਦ ਰੱਖਣਾ ਚਾਹੀਦਾ ਹੈ ਕਿ ਸਤਗੁਰੂ ਆਪਣੀ ਰਸਨਾ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਸ਼ਬਦ ਗੁਰੂ ਸੁਰਤ ਧੋਣੇ ਚੇਲਾ ਸਾਡਾ ਗੁਰੂ ਸ਼ਬਦ ਹੈ ਜਿਹੜਾ ਮਰਦਾ ਨਹੀਂ ਜਿਹੜਾ ਰੋਗੀ ਨਹੀਂ ਹੁੰਦਾ ਇਸ ਸੰਸਾਰ ਅੰਦਰ ਉਹ ਮਹਾਨ ਵਿਵੈਦ ਜਿਹੜਾ ਕਦੀ ਰੋਗੀ ਨਾ ਹੋਵੇ ਜਿਹੜਾ ਕਦੀ ਮਰੇ ਨਾ ਅਸੀਂ ਉਸ ਵੈਦ ਗੁਰੂ ਨਾਲ ਵੀ ਜੁੜ ਕੇ ਰਹਿਣਾ ਤਾਂ ਕਿ ਸਾਡਾ ਮਨ ਤੇ ਤਨ ਦੋਨੋਂ arogy rehna ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ